ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਸੁਖਦੀਪ ਕੌਰ ਸੰਧੂ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪੰਜਾਬ ਸਰਕਾਰ ਨੇ ਕੋਰੋਨਾ ਫੈਲਣ ਤੋਂ ਰੋਕਣ ਲਈ ਨਵੀਆਂ ਹਦਾਇਤਾਂ ਕੀਤੀਆਂ ਜਾਰੀ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਕਰਵਾਏ ਗਏ 18 ਤੋਂ 44 ਸਾਲ ਦੇ ਨੌਜਵਾਨਾਂ ਨੂੰ ਕੋਵਿਡ ਟੀਕੇ ਦਾ ਕਰਨਾ ਪਵੇਗਾ ਇੰਤਜ਼ਾਰ कोरोना तो बचण दा सुखबीर बादल ने दस्या तरीका कैप्टन नूं वी दित्ती सलाह मजदूर एकता किसान कॉन्फ्रेंस दा आयोजन करन ते होए परचे दर्ज किसान बीबियां ने कड्डी जागो मार्च हुण खबरां विस्तार नाल कोरोना वायरस दा कहर जारी है जिस दे चलदे प्रशासन नूं दिन ब दिन सख्ती वधाउणी पै रही है पंजाब च वी कोरोना वायरस दे मामले दिन ब दिन वधदे जा रहे ने ऐतवार पंजाब दे विच कोरोना वायरस दे 7327 नवे केस सामने आए ने जदकि 157 लोकां दी कोरोना नाल मौत हुई है पंजाब विच मौजूदा समय दे विच कोरोना वायरस दे 60108 एक्टिव केस आए ने रोजाना वध रहे अंकड़ियां नूं देखदे होए पंजाब सरकार ने कोरोना फैलण तों रोकण लई नवीआं हदायतां जारी कर दित्तीआं ने पंजाब सरकार ने नवीं पाबंदियां दा ऐलान कर दित्ता है इह ਦੀਆਂ 15 ਮਈ ਤੱਕ ਜਾਰੀ ਰਹਿਣਗੀਆਂ ਜਿਨ੍ਹਾਂ ਦੇ ਵਿੱਚ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਦੇ ਵਿੱਚ ਕੈਮਿਸਟ ਦੁੱਧ ਬ੍ਰੈਡ ਫਲ ਸਬਜ਼ੀਆਂ ਪੋਲਟਰੀ ਮੀਟ ਦੀਆਂ ਦੁਕਾਨਾਂ ਤੇ ਮੋਬਾਈਲ ਰਿਪੇਅਰ ਆਦਿ ਖੁੱਲਣਗੀਆਂ ਬਿਨਾਂ ਕੋਵਿਡ ਨੈਗੇਟਿਵ ਰਿਪੋਰਟ ਜਾਂ ਕੋਰੋਨਾ ਵੈਕਸੀਨ ਸਰਟੀਫਿਕੇਟ ਦੇ ਕੋਈ ਵੀ ਪੰਜਾਬ ਅੰਦਰ ਹਵਾਈ ਸੇਵਾ ਰੇਲ ਜਾਂ ਸੜਕ ਦੇ ਰਸਤੇ ਦਾਖਲ ਨਹੀਂ ਹੋ ਸਕਦਾ ਸਾਰੀ ਸਰਕਾਰੀ ਦਫ਼ਤਰ ਅਤੇ ਬੈਂਕ ਸਿਰਫ 50 ਫੀਸਦ ਸਟਾਫ ਦੇ ਨਾਲ ਹੀ ਕੰਮ ਕਰਨਗੇ ਫੋਰ ਵੀਲਰ ਵਾਹਨ ਦੇ ਵਿੱਚ ਸਿਰਫ 2 ਲੋਕ ਹੀ ਬੈਠਣਗੇ ਪਰਿਵਾਰਕ ਮੈਂਬਰ ਤੋਂ ਬਿਨਾਂ ਮੋਟਰਸਾਈਕਲ ਜਾਂ ਸਕੂਟਰ ਤੇ 2 ਲੋਕ ਸਫ਼ਰ ਨਹੀਂ ਕਰ ਸਕਣਗੇ ਵਿਆਹ ਅਤੇ ਅੰਤਿਮ ਸੰਸਕਾਰ ਦੇ ਵਿੱਚ ਸਿਰਫ 10 ਲੋਕ ਹੀ ਸ਼ਾਮਲ ਹੋ ਸਕਣਗੇ ਵੀਕਐਂਡ ਲੌਕਡਾਊਨ ਜਾਂ ਫਿਰ ਨਾਈਟ ਕਰਫਿਊ ਨੂੰ ਯਕੀਨੀ ਬਣਾਉਣ ਦੇ ਲਈ ਠੀਕਰੀ ਪੈਰੇ ਲਾਏ ਜਾਣਗੇ ਧਾਰਮਿਕ ਸਥਾਨ ਸ਼ਾਮ 6 ਵਜੇ ਬੰਦ ਹੋ ਜਾਣਗੇ ਰੇੜੀ ਫਲੀ ਲਾਉਣ ਵਾਲੇ ਦਾ ਵੀ ਹੋਏਗਾ ਆਰਟੀਪੀਸੀਆਰ ਟੈਸਟ ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਹੈ ਕਿ ਟੋਲ ਪਲਾਜ਼ਾ ਆਦਿ ਇਕੱਠ ਨਾ ਕਰਨ ਅਤੇ ਪ੍ਰਸ਼ਾਸਨਕਾਰੀਆਂ ਦੀ ਗਿਣਤੀ ਵੀ ਸੀਮਤ ਕਰਨ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਕਰਵਾਏ ਗਏ ਤਰਨਤਾਰਨ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਗਿਆਨੀ ਜਸਵੰਤ ਸਿੰਘ ਜੀ ਕਥਾਵਾਚਕ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਭਾਈ ਵਰਸਾ ਸਿੰਘ ਭਾਈ ਗੁਰਿੰਦਰ ਸਿੰਘ ਭਾਈ ਜਗਦੀਪ ਸਿੰਘ ਤੋਂ ਇਲਾਵਾ ਕਵੀਸ਼ਰ ਅਤੇ ਢਾਡੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਤਵਿੰਦਰ ਸਿੰਘ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਨੇ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਨੇ ਸੰਗਤ ਵਾਸਤੇ ਪੀਣ ਲਈ ਪਾਣੀ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਹੈ ਅੱਜ ਅੰਮ੍ਰਿਤ ਵੇਲੇ ਤੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਸਥਾਪਨਾ ਸ਼ਤਾਬਦੀ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਸ਼ਾਮ ਤੱਕ ਭਾਰੀ ਸਿੱਖ ਸੰਗਤ ਦਾ ਉਤਸ਼ਾਹ ਵੇਖਿਆ ਜਾ ਰਿਹਾ ਹੈ ਹਰੇਕ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਹਰੇਕ ਗੁਰਸਿੱਖੀ ਜਿੱਥੇ ਵੀ ਕੋਈ ਦੁਨੀਆ ਦੇ ਵਿੱਚ ਕੋਨੇ ਕੋਨੇ ਵਿੱਚ ਵੱਸਦੇ ਹਰੇਕ ਮਾਈ ਭਾਈ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਸ ਅਸਥਾਨ ਦੇ ਸੇਵਾਦਾਰ ਨਾਮ ਉੱਤੇ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18 ਤੋਂ 44 ਸਾਲ ਦੇ ਨੌਜਵਾਨਾਂ ਨੂੰ ਹੁਣ ਕੋਵਿਡ ਟੀਕੇ ਦਾ ਇੰਤਜ਼ਾਰ ਕਰਨਾ ਪਏਗਾ ਕੇਂਦਰ ਸਰਕਾਰ ਵੱਲੋਂ ਇਹ ਟੀਕਾ ਲਗਾਉਣ ਦਾ ਕੀਤਾ ਗਿਆ ਸੀ ਐਲਾਨ ਵੈਕਸੀਨ ਨਾ ਹੋਣ ਕਾਰਨ ਰਾਜ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਕੋਵਿਡ ਮਹਾਮਾਰੀ ਦੇ ਚੱਲਦਿਆਂ ਦੇਸ਼ ਦਾ ਸਭ ਤੋਂ ਵੱਡਾ ਟੀਕਾਕਰਨ ਚੱਲ ਰਿਹਾ ਹੈ ਜਿਸ ਦੇ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾ ਟੀਕਾ ਲਗਾਇਆ ਗਿਆ ਸੀ ਤਾਂ ਜੋ ਇਸ ਮਹਾਮਾਰੀ ਤੋਂ ਬਚਣ ਲਈ ਜ਼ਿਲ੍ਹਾ ਪਠਾਨਕੋਟ ਦੀ ਗੱਲ ਕੀਤੀ ਜਾਏ ਤਾਂ ਜ਼ਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ 1 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ ਮਈ ਤੋਂ 18 ਤੋਂ 44 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਸ਼ੁਰੂਆਤ ਕੀਤੀ ਜਾਣੀ ਸੀ ਪਰ ਟੀਕੇ ਦੀ ਘਾਟ ਕਾਰਨ ਰਾਜ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਸੀ ਅਤੇ ਹੁਣ ਰਾਜ ਦੇ ਨੌਜਵਾਨਾਂ ਨੂੰ ਅਗਲੀ ਤਰੀਕ ਦਾ ਐਲਾਨ ਹੋਣ ਤੱਕ ਟੀਕੇ ਦੀ ਉਡੀਕ ਕਰਨੀ ਪਵੇਗੀ 18 ਸਾਲ ਤੋਂ ਉੱਤੇ ਦੇ ਨੌਜਵਾਨਾਂ ਨੂੰ ਵੈਕਸੀਨੇਸ਼ਨ ਕਰਵਾਇਆ ਲੱਗਣੀ ਸੀਗੀ ਕਿਉਂ ਸ਼ੁਰੂ ਹੋ ਚੁੱਕੀ ਹੈ ਜਮਾ ਸਾਡੇ ਸਟੇਟ ਦੇ ਵਿੱਚ ਹਾਲੇ ਨਹੀਂ ਸ਼ੁਰੂ ਹੋਈ ਜੀ ਕਿਉਂਕਿ ਵੈਕਸੀਨ ਦੀ ਅਵੇਲੇਬਿਲਟੀ ਨਹੀਂ ਹੈਗੀ ਸੀ ਸੋ ਪੰਜਾਬ ਸਟੇਟ ਦੇ ਵਿੱਚ ਤਾਂ ਹਾਲੇ 18 ਤੋਂ 44 ਸਾਲ ਵਾਲਿਆਂ ਦੀ ਵੈਕਸੀਨ ਹਾਲੇ ਨਹੀਂ ਸ਼ੁਰੂ ਹੋਈ ਅਤੇ ਬਾਕੀ ਆ ਯੂਜੁਅਲ ਜਿੱਦਾਂ ਬਾਕੀ ਲੱਗ ਰਹੀ ਹੈ 45 ਵਾਂਗ ਉਹ ਵੈਕਸੀਨੇਸ਼ਨ ਚੱਲਦੀ ਰਹੀ ਸਰ ਕੋਈ ਡੇਟ ਵਗੈਰਾ ਡਿਸਾਈਡ ਹੋਈ ਹੈ ਅਗਲੀ ਡੇਟ ਹਾਲੇ ਤਾਂ ਨਹੀਂ ਕੋਈ ਜਦੋਂ ਵੀ ਗਵਰਨਮੈਂਟ ਉੱਪਰੋਂ ਸਾਨੂੰ ਇਨਫੋਰਮੇਸ਼ਨ ਆਏਗੀ ਉਹਦੇ ਅਕੋਰਡਿੰਗਲੀ ਫਿਰ ਸਟਾਰਟ ਹੋ ਜਾਏਗੀ
श्रोमणी अकाली दल के प्रधान सुखबीर सिंह बादल ने कहा है कि मुख्यमंत्री कैप्टन अमरिंदर सिंह कोरोना महामारी के हालात की समीक्षा लिए डिप्टी कमिश्नर नाल सीधी मीटिंग कर उन्होंने पंजाब के लोगों छेती वैक्सीन लगवाने की अपील की है। सुखबीर बादल ने लोड़वंद मरीजों यूथ अकाली दल वालों शुरू की गई प्लाज्मा बैंक सहूलत का लाभ लैण की अपील की है। उन्होंने कहा है कि सूबे लोगों उन्होंने हाल से छड़ दिया गया है तो सरकार सिर्फ ना दी रह गई है। उन्होंने कहा है कि मुख्यमंत्री खुद रोजाना सब तो वध मार हेठ आए जिले की समीक्षा करनी चाहिए है। ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਪੰਜਾਬੀਆਂ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ। ਕੋਵਿਡ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਦੁਨੀਆ 'ਚ। ਸਾਰੇ ਦੇਸ਼ਾਂ ਤੋਂ ਜ਼ਿਆਦਾ ਬਿਮਾਰੀ ਹੁਣ ਆਪਣੇ ਦੇਸ਼ ਹਿੰਦੁਸਤਾਨ 'ਚ ਹੈ। ਇਸ ਸੰਬੰਧ ਵਿੱਚ ਮੈਂ ਤਿੰਨ ਗੱਲਾਂ ਕਰਨਾ ਚਾਹੁੰਦਾ। ਸਭ ਤੋਂ ਪਹਿਲੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਬਿਮਾਰੀ ਨੂੰ ਤਾਂ ਜਿੱਤ ਸਕਦੇ ਹਾਂ ਜੇ ਆਪਾਂ ਵੈਕਸੀਨੇਸ਼ਨ ਕਰਾਈਏ। ਮੈਂ ਪਿਛਲੇ 2-3 ਮਹੀਨਿਆਂ 'ਚ ਕਈ ਲੋਕਾਂ ਨੂੰ ਮਿਲਿਆ, ਪਿੰਡਾਂ 'ਚ ਗਿਆ, ਸ਼ਹਿਰਾਂ 'ਚ ਗਿਆ, ਮੰਡੀਆਂ 'ਚ ਗਿਆ। ਆਮ ਜਨਤਾ ਦੇ ਮਨ 'ਚ ਵੈਕਸੀਨੇਸ਼ਨ ਦੇ ਖਿਲਾਫ ਧਾਰਨਾ ਬਣੀ ਹੈ ਕਿ ਇਹਦਾ ਕੋਈ ਫਾਇਦਾ ਨਹੀਂ ਅਤੇ ਇਹਦਾ ਨੁਕਸਾਨ ਹੋ ਜਾਂਦਾ ਅਤੇ ਉਹ ਵੈਕਸੀਨੇਸ਼ਨ ਤਰਫ ਮਨ ਬਣਾ ਨਹੀਂ ਰਹੇ। ਮੈਂ ਸਾਰੇ ਪੰਜਾਬੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਜੇ ਆਪਾਂ ਵੈਕਸੀਨੇਸ਼ਨ ਕਰਾਂਗੇ ਤਾਂ ਹੀ ਆ ਜੰਗ ਜਿੱਤਾਂਗੇ। ਕਿਰਤੀ ਕਿਸਾਨ ਮੋਰਚਾ ਰੂਪਨਗਰ ਦੇ ਵੱਲੋਂ ਨੂਰਪੁਰ ਬੇਦੀ ਦੇ ਪਿੰਡ ਚਿਹੜ ਮਜ਼ਾਰਾ ਵਿਖੇ ਮਜ਼ਦੂਰ ਦਿਵਸ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਸੰਬੰਧੀ ਮਜ਼ਦੂਰ ਏਕਤਾ ਕਿਸਾਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਆਗੂ ਵੀ ਪਹੁੰਚੇ ਹੋਏ ਸਨ। ਇਸ ਕਾਨਫਰੰਸ ਨੂੰ ਰੋਕਣ ਦੇ ਲਈ ਪਹਿਲਾਂ ਵੀ ਪ੍ਰਸ਼ਾਸਨ ਦੇ ਵੱਲੋਂ ਰੋਕਾਂ ਲਗਾਈਆਂ ਗਈਆਂ ਸਨ, ਪਰੰਤੂ ਇਸ ਦੇ ਬਾਵਜੂਦ ਵੀ ਪ੍ਰਬੰਧਕਾਂ ਦੇ ਵੱਲੋਂ ਇਸ ਕਾਨਫਰੰਸ ਨੂੰ ਸਫਲਤਾਪੂਰਵਕ ਨੇਪਰੇ ਚੜਾਇਆ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹਜ਼ੂਮ ਇਸ ਕਾਨਫਰੰਸ ਦੇ ਵਿੱਚ ਪਹੁੰਚਿਆ ਸੀ। ਪਰ ਹੁਣ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧਕਾਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਹੋਰ ਲੋਕਾਂ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਵੱਖ ਵੱਖ ਧਾਰਾਵਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪ੍ਰਬੰਧਕਾਂ ਦੇ ਨਾਲ ਨਾਲ ਇਸ ਕਾਨਫਰੰਸ ਦੇ ਵਿੱਚ ਬੈਠੇ ਹੋਏ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਦੇ ਮੈਂਬਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਆਗੂਆਂ ਤੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਭਾਵੇਂ ਕਿ ਪੁਲਿਸ ਦੇ ਵੱਲੋਂ ਕੈਮਰੇ ਦੇ ਮੂਹਰੇ ਆ ਕੇ ਕੋਈ ਵੀ ਅਧਿਕਾਰੀ ਇਸ ਮਾਮਲੇ ਦੇ ਬਾਰੇ ਜਾਣਕਾਰੀ ਨਹੀਂ ਦੇ ਰਿਹਾ, ਪਰ ਪ੍ਰਸ਼ਾਸਨ ਦੇ ਵੱਲੋਂ ਲਾਂਚ ਕੀਤੀ ਗਈ FIR ਰਿਪੋਰਟ ਦੇ ਅਨੁਸਾਰ ਉਕਤ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਰੈਲੀ ਦੇ ਸੰਬੰਧੀ ਆਗਿਆ ਲੈਣ ਲਈ ਕਿਹਾ ਗਿਆ ਸੀ, ਪਰ ਉਹਨਾਂ ਵੱਲੋਂ ਪ੍ਰਸ਼ਾਸਨ ਦੇ ਬਿਨਾਂ ਇਜਾਜ਼ਤ ਤੋਂ ਇਸ ਰੈਲੀ ਦਾ ਆਯੋਜਨ ਕੀਤਾ ਸੀ ਅਤੇ ਕੋਰੋਨਾ ਮਹਾਮਾਰੀ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਥਾਣਾ ਨੂਰਪੁਰ ਬੇਦੀ 'ਚ ਇਹ ਮਾਮਲਾ ਦਰਜ ਕੀਤਾ ਗਿਆ। ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਜਗੀਰ ਸਿੰਘ ਜੋਗਾ, ਦਰਜਨ ਸਾਡੇ ਉਹਨਾਂ ਯੋਧਿਆਂ ਨੇ ਅਗਵਾਈ ਕੀਤੀ ਜਿਹੜੇ ਕਿਸਾਨਾਂ ਦੇ ਬਹੁਤ ਠੱਪਾ ਲਾ ਕੇ 24 ਘੰਟੇ ਜਾਗਦੇ ਰੱਖਿਆ ਜਾਂਦਾ ਸੀਗਾ। ਉਸ ਜਗੀਰਦਾਰਾਂ ਨੂੰ ਪਿੰਡਾਂ ਦੇ ਵਿੱਚੋਂ ਪਟਿਆਲੇ ਭਜਾਤਾ ਤੇ ਬਜ਼ਾਰਾਂ ਨੂੰ ਜ਼ਮੀਨ ਦੇ ਮਾਲਕ ਬਣਾਤਾ। ਮੇਰਾ ਕਹਿਣ ਦਾ ਮਤਲਬ ਇਹ ਦਿਹਾੜੀ ਵਾਲੀ ਲੜਾਈ ਚੱਲੀ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ਵਿੱਚ ਟੋਲ ਪਲਾਜ਼ਿਆਂ, ਪੂੰਜੀਪਤੀ ਘਰਾਣਿਆਂ ਦੇ ਟਿਕਾਣਿਆਂ ਅੱਗੇ ਪੈਟਰੋਲ ਪੰਪਾਂ, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਦਫ਼ਤਰਾਂ ਦੇ ਬਾਹਰ ਧਰਨੇ ਅੱਜ ਵੀ ਜਾਰੀ ਨੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੀਆਂ ਬੀਬੀਆਂ ਵੀ ਕਿਸਾਨ ਸੰਘਰਸ਼ ਦੇ ਵਿੱਚ ਡਟਵਾਂ ਸਾਥ ਦਿੰਦੀਆਂ। ਪਿੰਡ ਵਿੱਚ ਜਾਗੋ ਮਾਰਚ ਕੱਢੇ ਅਤੇ ਲੋਕਾਂ ਨੂੰ ਕਿਸਾਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਭਾਜਪਾ ਦੀ ਲੋਕ ਵਿਰੋਧੀ ਸੋਚ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ, ਜਿਸ ਦਾ ਨਤੀਜਾ ਪੱਛਮੀ ਬੰਗਾਲ ਸਣੇ ਹੋਰ ਸੂਬਿਆਂ ਦੇ ਵਿੱਚ ਭਾਜਪਾ ਦੀ ਹਾਰ ਨਾਲ ਸਭ ਦੇ ਸਾਹਮਣੇ ਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ 5 ਥਾਵਾਂ 'ਤੇ ਹੋਈਆਂ ਚੋਣਾਂ ਦੇ ਵਿੱਚ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਹੈ। ਹਾਲੇ ਵੀ ਕੇਂਦਰ ਸਰਕਾਰ ਕੋਲ ਸਮਾਂ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਅਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕੋਰੋਨਾ ਦੇ ਨਾਮ 'ਤੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਤਿਆਰ ਕਰੀ ਬੈਠੀ ਹੈ। ਉਹਨਾਂ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਅਸੀਂ ਕੋਰੋਨਾ ਤੋਂ ਤਾਂ ਬਚ ਜਾਵਾਂਗੇ, ਪਰ 3 ਖੇਤੀ ਵਿਰੋਧੀ ਕਾਨੂੰਨ ਲਾਗੂ ਹੋਏਗੇ ਤਾਂ ਸਾਡਾ ਕੋਈ ਬਚਾਅ ਨਹੀਂ ਹੋਣਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸ੍ਰੀ ਅਕਾਲਸਕ ਸਾਹਿਬ ਦੇ ਗੁਰਦੁਆਰਾ ਥੜਾ ਸਾਹਿਬ ਤੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਵੱਲੋਂ ਗੁਰੂ ਘਰ ਹਾਜ਼ਰੀਆਂ ਭਰੀਆਂ ਗਈਆਂ। ਉੱਥੇ ਹੀ ਅੱਜ ਦੇ ਸ਼ਤਾਬਦੀ ਦਿਹਾੜੇ ਮੌਕੇ ਮਨਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਨੇ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਹੈ ਕਿ ਸਰਬ ਰੱਖਿਅਕ ਸਤਿਗੁਰੂ, ਜਿਨ੍ਹਾਂ ਹਿੰਦੂ ਧਰਮ ਨੂੰ ਆਪਣਾ ਸੀਸ ਵਾਰ ਕੇ ਬਚਾਇਆ, ਜਿਨ੍ਹਾਂ ਦਾ ਮਾਣ ਅਦਬ ਸਾਰੇ ਧਰਮਾਂ ਦੇ ਲੋਕ ਕਰ ਰਹੇ ਨੇ, ਅਜਿਹੀ ਮਹਾਨ
शख्सियत साहिब श्री गुरु तेग बहादुर जी के प्रकाश पुरब जिसनों की संसार भर दी संगतों वालों बड़े ही श्रद्धा से तुशाह के नाल मनाया जा रहा है। अजे गुरु घर के बल बल जाइए अते इसे पावन पवित्र दिहाड़े दंगतों एक बार फिर तो लख लख वधाई हो। वाहिगुरू जी का खालसा वाहिगुरू जी की फतेह। धन श्री गुरु तेग बहादुर साहब जी धर्म के तुरंतर धरती में धीरज देने वाले हिंदू धर्म को आप अपनी कुरबानी का मोढ़ा दे के बचाने वाले सतगुरु सर्व धर्म रखेक सतगुरु धन सतगुरु श्री गुरु तेग बहादुर साहब सच्चे पातशाह जी का अज 400 साल अवतार गुरपुरब समुचा खालसा पंथ उन्हां सतगुरां दे अवतार पुरब स्थान श्री अमृतसर साहब जी की पावन धरती से बड़ी श्रद्धा भावना उत्साह दे नाल मना रहा है। 1621 ईस्वी 1678 बिक्रमी संमत वैसाख बदी पंचमी दिन मंगलवार को गुरु के महलों विखे धन गुरु हरगोबिंद साहिब जी धन माता नानकी जी के ग्रह विखे सतगुरु जी का अवतार होया। साबका अकाली मंत्री सुचा सिंह लंगा के पुत्र प्रकाश सिंह नूं नशा वेचण अते नशा पीण के मामले दे विच धारीवाल ते पुलिस ने गिरफ्तार कर लिया। इस संबंधी प्रेस नोट जारी करदिआं पुलिस अधिकारियों ने दस्सिआ कि ASI रविंदर कुमार CIA स्टाफ गुरदासपुर समेत अड्डा धारीवाल विखे गश्त कर रहे सन। इस दौरान मुखबर खास की इतला ते उन्होंने कुछ नौजवानों ने हीरोइन की सप्लाई देने लई राजेश कुमार पुत्र अशोक कुमार वासी मिल वाटर नंबर 8 लाइन नंबर 9 धारीवाल विखे देने लई आए सन जो कि नशा करन दे नाल नाल नशा वेचन दे भी आदि सन। जद पुलिस पार्टी ने मुखबर खास वल्लों दिसी हुई जगह मिल वाटर ते रेड की गई तां जिसे कुछ नौजवान अंदर बैठे हुए हीरोइन का सेवन कर रहे सन जिन्हां विच अकाली दल दे साबका मंत्री सुचा सिंह लंगा दा पुत्र प्रकाश सिंह अते उसके साथी आदित्य महाजन कुणाल राजेश कुमार अते सुधीर शामिल सन जिन्हां दे कोलों मौके ते हीरोइन भी बरामद की गई है। इन्हां दे खिलाफ वख वख धाराओं तहत मामला दर्ज करके अगे की कार्रवाई शुरू कर दी है। उधर इस मामले दे विच साबका मंत्री सुचा सिंह लंगा ने कहा है कि उन्होंने बेटे खिलाफ जो गुरदासपुर पुलिस वालों मामला दर्ज किया गया है उस दे विच झूठा केस है ते अपने बेटे खिलाफ दर्ज हुए मामले नूं लंगा ने राजनीति तो प्रेरित करार दिता है। मैं समझना कि अज जो सवेरे ये ड्रामा पंजाब पुलिस ने किया वा ये राजनीति तो प्रेरित ये बड़ी साजिश की है। मेरा बेटा सवेरे दर्जी के घरों कपड़े लैन गया वा क्योंकि मेरे भरा ने अखंड पाठ रखाया हुआ है तो वह भोग पैना। मेरिया मुसीबत मुश्किलों वधाने लई एक ड्रामा किया गया वा और कांग्रेस को कदें भी इंसाफ नहीं हो सकता। बखलाई हुई है। मैं पहला दरबार साहब जिहड़ा वा नतमस्तक होने लई जाना वा रोज़ उत्थे जाके पाठ करना वा ये उस विच मुसीबतों का वाधा करने लई उन्होंने किया वा। मैं समझना कि यह परचा जिहड़ा 200% झूठा वा। मैं धन्यवाद करना SSP गुरदासपुर का कि उन्हें स्टैंड लैके तो ਇਹਦੇ ਉੱਤੇ ਕੋਈ ਪੈਣ ਨਹੀਂ ਦਿੱਤਾ ਪਰ ਪਰਚੇ ਵਿੱਚ ਸ਼ਾਮਲ ਕਰ ਲਿਆ। ਤਰਨ ਤਾਰਨ ਥਾਣਾ ਕੱਚਾ ਪੱਕਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 415 ਨਸ਼ੀਲੀਆਂ ਗੋਲੀਆਂ ਸਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੱਚਾ ਪੱਕਾ ਦੇ SHO ਲਖਵਿੰਦਰ ਸਿੰਘ ਨੇ ਦੱਸਿਆ ਕਿ ASI ਕੁਲਵੰਤ ਸਿੰਘ ਵੱਲੋਂ समेत पुलिस पार्टी टी पॉइंट प्रागपुरा विखे नाकाबंदी की हुई सी। इस दौरान उन्होंने एक व्यक्ति आंदा दिखाई दिता जो कि पुलिस पार्टी नूं वेख के यकदम पिछे नूं मुड़न लगा तो उसनों शक के बिना ते रोक के उसका नाम पुछया गया था जिसते नाम सुखबीर सिंह पुत्र जोगिंदर सिंह वासी पिंड प्रागपुर दस्या गया जिसकी तलाशी लैन से उक्त व्यक्ति को 415 नशीलियां गोलियां बरामद हुई ने इसते मुकदमा दर्ज कर दिता गया। उक्त व्यक्ति नूं पेश अदालत करके रिमांड हासिल किया जाएगा तो पता लगाया जाएगा कि उक्त व्यक्ति ਗੋਲੀਆਂ ਕਿੱਥੋਂ ਲਿਆ ਕੇ ਕਿੱਥੇ ਵੇਚਣ ਜਾ ਰਿਹਾ ਸੀ। ਅਜੇ ਸਰ ਜਿਹੜਾ ਅੱਜ ਵਿਅਕਤੀ ਫੜਿਆ ਤੋਂ ਕੀ ਬਰਾਮਦ ਹੋਇਆ ਤੇ ਕਿੱਥੋਂ ਫੜਿਆ ਜੀ? ਕੱਲ ਨੂੰ ਸਾਡੀ ਪੁਲਿਸ ਪਾਰਟੀ SI ਕੁਲਵੰਤ ਸਿੰਘ ਨੇ ਟੀ ਪੁਆਇੰਟ ਪ੍ਰਾਗਪੁਰਾ ਤੋਂ ਦਰਾਣੇ ਗਸ਼ਤ ਸੁਖਬੀਰ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਪ੍ਰਾਗਪੁਰਾ 415 ਨਸ਼ੀਲੀਆਂ ਗੋਲੀਆਂ ਬਣਾ ਲਿਆ ਬਰਾਮਦ ਕੀਤੀਆਂ ਤੇ ਇਹਨੂੰ ਹਾਸੋ ਜਾਂਦਾ ਗ੍ਰਿਫਤਾਰ ਕੀਤਾ। ਇਹ ਅੱਗੇ ਵੀ ਸਾਡੇ ਉੱਤੇ ਕੋਈ ਮੁਕੱਦਮਾ ਦਰਜ ਹੈ ਜਾਂ ਕੋਈ ਕੰਮ ਕਰਦਾ ਹੋਵੇ? ਨਸ਼ੀਲੀਆਂ ਗੋਲੀਆਂ ਖਾਂਦਾ ਵੀ ਅੱਧੀ ਤੁਰ ਫਿਰ ਕੇ ਨਸ਼ੀਲੀਆਂ ਗੋਲੀਆਂ ਵੇਚਦਾ।
सूबे दे विच लगातार वध रहे कोरोना महामारी के मामलों नूं लैके वैक्सीनेशन अते ऑक्सीजन की घाट दीआं लगातार खबरां सामने आ रहीआं ने। इस नूं लैके पंजाब दे वख-वख जिलिआं दे विच टीमां वल्लों हस्पतालां दे विच जाके जायजा लिया जा रहा है कि ऑक्सीजन अते वैक्सीन की लोड़ है अते किन्नी सप्लाई आ रही है। इस नूं लैके सिविल हस्पताल रूपनगर का जायजा लिया गया। सूबे दे विच कोरोना महामारी के मामले लगातार वध रहे ने, जिस नूं लैके सूबे दे विच ऑक्सीजन अते कोरोना वैक्सीन की घाट भी दिखाई देण लगी है। जे इस नूं लैके गल कीती जावे तां रूपनगर जिले की तां सिविल सर्जन रूपनगर डॉक्टर दविंदर कुमार के अनुसार जिले के ऑक्सीजन और कोरोना वैक्सीन की फिलहाल कोई भी कमी नहीं है। उन्होंने दसिया है कि रोपड़ जिले के दो दिन की कोरोना वैक्सीन उपलब्ध है तो पिछों सप्लाई की भी कोई दिक्कत नहीं आ रही है। उन्होंने दसिया है कि ऑक्सीजन भी उन्होंने को लोड़ी मात्रा के उपलब्ध है और सप्लाई भी पिछों निर्विघन आ रही है। साहब जिला रोपड़ हूँ तक जी वैक्सीन कोविड की किन्ने पेशेंट लग चुकी है फस्ट सैकेंड डोज जी? डिस्ट्रिक्ट रोपड़ तकरीबन जी कोविड की फस्ट वैक्सीन है वो 46,002 बंद लगी है तो सैकेंड डोज 6,281 जोड़े है बेनीफिशरी दी जा चुकी है तो ये टोटल है। इस तरह वो जो असी अगे सपरेट करिए 45 साल तो वह वाले 18,672 फस्ट डोज, सैकेंड डोज 861। इदा ही हैल्थ केयर वर्करस जोड़े है उन्होंने 3,305 जी फस्ट डोज, 1,790 जी है सैकेंड डोज। इसी तरह फ्रंटलाइन वर्करस 6,526 फस्ट तो सैकेंड डोज 1,575 बंद लग चुकी है। रूटीन एवरेज देखिए किन्ने बंद जी वैक्सीन लगाई जा रही है? तकरीबन असी 1,500 to 2,000 के बीच बीच हर रोज बेनीफिशरी वैक्सीन दी जा रही है। अवेलेबिलिटी की है जी जी मेडिसिन दी? ये साढ़े कोल तकरीबन 2 दिन की वैक्सीन जी है अवेलेबल है तो हूँ सानू लगातार वैक्सीन मिल रही है। 2 दिन की लगातार पिछों आ रही सप्लाई? हाँ हूँ सप्लाई आ रही है तो 2 दिन की मौजूदा है। हाँ जी। उत्तरी कोरिया ने अमरीका नूं चेतावनी दी है कि पछमी मुल्क नूं बेहद गंभीर स्थिति का सामना करना पै सकता है। उत्तरी कोरिया ने कहा है कि राष्ट्रपति जो बाइडन ने अपने भाषण दे विच उन्हां दे मुल्क नूं सुरक्षा लई खतरा दस के वड्डी गलती की है। कोरिया ने कहा है कि अमरीका ने इस तरह उन्हां खिलाफ दुश्मनी वाली नीति कायम रखने का इरादा जाहिर कर दिता है। पिछले हफ्ते बाइडन ने कांग्रेस नूं दिते अपने पहले भाषण दे विच उत्तरी कोरिया के ईरान के परमाणु प्रोग्राम नूं अमरीका के विश्व की सुरक्षा लई गंभीर खतरा करार दिता सी। अमरीका ने कहा सी कि ओ मुश्किलों का हल अपने सहयोगियों के नाल मिलके कूटनीति ते होर सख्तियां नाल कढ़नगे। उगे पंजाबी लेखक ते चिंतक अजीत सिंह राही दा आस्ट्रेलिया दे खेतरी शहर ग्रिफिथ विच संखेप बीमारी मगरों देहांत हो गया। उन्हां दा जन्म पाकिस्तान दे लायलपुर जिला च पिंड समरा जंडियाला च होया सी अते चढ़दे पंजाब दे विच उन्हां दा पिंड सौणा जिला नवां शहर सी। अजीत सिंह वल्लों भगत सिंह दे जीवन ते लिखी किताब सतलुज वहिंदा रिहा एक इतिहासिक दस्तावेज है। उन्होंने अपनी स्वै जीवनी अद्धी सदी का सफर सरलेख हेठ लिखी है। इस तो इलावा राजगुरु चंद्र शेखर आजाद अते भगत सिंह ते चाचा अजीत सिंह बारे भी उन्हां दीआं किताबां छपियां ने। वख-वख समाजिक अते साहित्यक जथेबंदियां ने उन्हां दे देहांत ते दुख दा प्रगटावा भी कीता है। इस अज दी खास खबरां देश विदेश दीआं होर खबरां देखण दे वास्ते तुसीं साडे यूट्यूब चैनल पंजाब मेल USA TV नूं करो सबसक्राइब। धन्नवाद।